ਸਤਿ ਸ਼੍ਰੀ ਅਕਾਲ ਦੋਸਤੋ, ਸਵਾਗਤ ਹੈ ਤੁਹਾਡਾ ਸਾਰਿਆਂ ਦਾ ਮੀਤ ਅਕੈਡਮੀ ਦੇ ਅਫੀਸ਼ੀਅਲ ਯੂਟਿਊਬ ਚੈਨਲ 'ਤੇ। ਅੱਜ ਤੁਹਾਡੇ ਲਈ ਬਹੁਤ ਵਧੀਆ ਰਿਕਰੂਟਮੈਂਟ ਅਪਡੇਟ ਲੈ ਕੇ ਆਇਆ ਜੋ ਕਿ ਪੰਜਾਬ ਦੇ ਕੈਂਡੀਡੇਟ ਲਈ ਨਿਕਲ ਕੇ ਆ ਚੁੱਕਿਆ ਹੈ ਜੀ, ਜਿਸ ਦੇ ਵਿੱਚ 8ਵੀਂ, 10ਵੀਂ, 12ਵੀਂ ਵਾਲੇ ਕੈਂਡੀਡੇਟ ਅਤੇ ਗ੍ਰੈਜੂਏਸ਼ਨ ਵਾਲਿਆਂ ਲਈ ਬਹੁਤ ਵਧੀਆ ਅਪੋਰਚੁਨਿਟੀ ਹੈ। ਕਿੱਦਾਂ ਤੁਸੀਂ ਇਹਦੇ ਲਈ ਅਪਲਾਈ ਕਰੋਗੇ, ਕੌਣ ਕੌਣ ਅਪਲਾਈ ਕਰ ਸਕਦਾ, ਪੂਰੀ ਜਾਣਕਾਰੀ ਮੈਂ ਤੁਹਾਨੂੰ ਇਸ ਵੀਡੀਓ 'ਚ ਦੇਵਾਂਗਾ। ਸੋ ਵੀਡੀਓ ਨੂੰ ਤੁਸੀਂ ਐਂਡ ਤੱਕ ਪੂਰਾ ਜ਼ਰੂਰ ਦੇਖਿਓ। ਫਸਟ ਟਾਈਮ ਚੈਨਲ 'ਤੇ ਆਏ ਹੋ, ਚੈਨਲ ਨੂੰ ਕਰ ਲਿਓ ਸਬਸਕ੍ਰਾਈਬ ਅਤੇ ਨਾਲ ਦੀ ਨਾਲ ਬੈਲ ਆਈਕਨ ਵੀ ਦਬਾ ਲਿਓ ਤਾਂ ਕਿ ਹਰ ਇੱਕ ਰਿਕਰੂਟਮੈਂਟ ਅਪਡੇਟ ਤੁਹਾਨੂੰ ਤੁਹਾਡੇ ਮੋਬਾਈਲ ਦੇ ਵਿੱਚ ਮਿਲਦਾ ਰਹੇ ਅਤੇ ਸਮਾਂ ਰਹਿੰਦੇ ਤੁਸੀਂ ਇਹਦੇ ਲਈ ਅਪਲਾਈ ਕਰ ਪਾਓ। ਵੈਕੈਂਸੀਜ਼ ਦੀ ਗੱਲ ਕਰੀਏ ਤਾਂ ਹੋਰ ਵੀ ਬਹੁਤ ਸਾਰੀਆਂ ਵੈਕੈਂਸੀਜ਼ ਨੇ ਜਿਨ੍ਹਾਂ ਨੂੰ ਤੁਸੀਂ ਸਾਡੀ ਵੈਬਸਾਈਟ 'ਤੇ ਜਾ ਕੇ ਚੈੱਕ ਕਰਕੇ ਅਪਲਾਈ ਕਰ ਸਕਦੇ ਹੋ, ਜਿਹਦੇ ਲਈ ਸਿੰਪਲੀ ਤੁਸੀਂ ਗੂਗਲ 'ਚ ਜਾ ਕੇ ਜਿਹੜਾ ਉਹ ਟਾਈਪ ਕਰਨਾ ਹੈ ਜੀ ਮੀਤ ਅਕੈਡਮੀ ਡੋਟ ਇਨ, ਔਰ ਫਸਟ ਨੰਬਰ 'ਤੇ ਤੁਹਾਨੂੰ ਸਾਡੀ ਵੈਬਸਾਈਟ ਜਿਹੜੀ ਹੈ ਜੀ ਮਿਲ ਜਾਵੇਗੀ। ਉੱਥੋਂ ਸਾਰੇ ਜੋਬ ਰਿਲੇਟਡ ਅਪਡੇਟ ਜਿਹੜੇ ਤੁਸੀਂ ਲੈ ਸਕਦੇ ਹੋ ਅਤੇ ਚੈੱਕ ਕਰਕੇ ਅਪਲਾਈ ਜਿਹੜਾ ਤੁਸੀਂ ਕਰ ਸਕਦੇ ਹੋ। ਕਿਸੇ ਵੀ ਤਰ੍ਹਾਂ ਦਾ ਕੋਈ ਵੀ ਡਾਊਟ ਹੈ ਕਮੈਂਟ ਬਾਕਸ 'ਚ ਕਮੈਂਟ ਕਰਕੇ ਜ਼ਰੂਰ ਦੱਸਿਓ, ਅਤੇ ਕਿਸੇ ਵੀ ਗਵਰਨਮੈਂਟ ਜੋਬ ਦੀ ਤਿਆਰੀ ਕਰ ਰਹੇ ਹੋ ਉਹਦੇ ਲਈ ਬੈਸਟ ਸਟੱਡੀ ਮਟੀਰੀਅਲ ਇਸ ਵੀਡੀਓ ਡਿਸਕ੍ਰਿਪਸ਼ਨ ਬਾਕਸ ਅਵੇਲੇਬਲ ਹੈ ਜੀ, ਉੱਥੋਂ ਡਾਊਨਲੋਡ ਕਰਕੇ ਤੁਸੀਂ ਆਪਣੀ ਤਿਆਰੀ ਜਿਹੜੀ ਹੈ ਉਹ ਪੱਕੀ ਕਰ ਸਕਦੇ ਹੋ। ਤਾਂ ਚਲੋ ਚੱਲਦੇ ਹਾਂ ਜੀ ਰਿਕਰੂਟਮੈਂਟ ਅਪਡੇਟ ਦੇ ਉੱਪਰ, ਅਤੇ ਕੋਈ ਡਾਊਟ ਹੈ ਤਾਂ ਉਹ ਵੀ ਕਮੈਂਟ ਬਾਕਸ 'ਚ ਕਮੈਂਟ ਕਰਕੇ ਜ਼ਰੂਰ ਦੱਸਿਓ ਜੀ। ਸਭ ਤੋਂ ਪਹਿਲਾਂ ਤਾਂ ਇਸ ਦੇ ਵਿੱਚ ਅਗਰ ਮੈਂ ਗੱਲ ਕਰਾਂ, ਇਹ A4 ਸ਼ੀਟ ਦੇ ਉੱਪਰ ਤੁਸੀਂ ਜਿਹੜਾ ਹੈ ਜੀ ਇਹ ਫੋਰਮ ਤੁਹਾਨੂੰ PDF ਫੋਰਮੈਟ 'ਚ ਮਿਲ ਜਾਏਗਾ। ਇਹਦਾ ਤੁਸੀਂ ਜਿਹੜਾ ਉਹ ਪ੍ਰਿੰਟ ਜਿਹੜਾ ਹੈ ਉਹ ਲੈ ਲੈਣਾ ਹੈ, ਔਰ ਕੋਸ਼ਿਸ਼ ਕਰਨਾ ਹੈ ਕਿ ਪ੍ਰਿੰਟ ਜਿਹੜਾ ਉਹ ਸਾਫ਼ ਹੋਵੇ, ਕੋਈ ਗਲਤ ਨਾ ਹੋਵੇ, ਮਤਲਬ ਗਲਤ ਇਨ ਦਾ ਸੈਂਸ ਕਿ ਫਿੱਕਾ ਨਾ ਹੋਵੇ, ਠੀਕ ਹੈ, ਬੈਕਗਰਾਊਂਡ ਪੂਰੀ ਸਾਫ਼ ਹੋਵੇ ਇਹਦੀ। ਉੱਤੇ ਇਹਦੇ ਵਿੱਚ ਇੱਕ ਪਾਸਪੋਰਟ ਸਾਈਜ਼ ਫੋਟੋਗ੍ਰਾਫ ਅਤੇ ਫਿੱਲ ਕਰਨਾ ਹੈ ਇਹਨੂੰ ਪੂਰੇ ਨੂੰ ਕੈਪੀਟਲ ਵਰਡ ਦੇ ਵਿੱਚ, ਠੀਕ ਹੈ ਜੀ। ਉਸ ਤੋਂ ਬਾਅਦ ਅਗਰ ਮੈਂ ਗੱਲ ਕਰਾਂ ਇਸ ਦੇ ਵਿੱਚ ਕਿ ਇਹ ਕੈਪੀਟਲ ਵਰਡ ਦੇ ਵਿੱਚ ਕੋਈ ਕਟਿੰਗ ਤੁਹਾਡੀ ਨਹੀਂ ਹੋਣੀ ਚਾਹੀਦੀ, ਜਿੱਦਾਂ ਕੋਈ ਵਰਡ ਲਿਖ ਰਹੇ ਹੋ ਤਾਂ ਉਹ ਤੁਹਾਡੇ ਵਰਡ ਦੇ ਉੱਪਰ ਹੈ, ਵਰਡ ਚੜ ਜੇ ਉਹ ਨਹੀਂ ਹੋਣਾ ਚਾਹੀਦਾ, ਓਵਰਲੈਪ ਨਹੀਂ ਹੋਣਾ ਚਾਹੀਦਾ, ਨਹੀਂ ਤਾਂ ਫੋਰਮ ਰਿਜੈਕਟ ਵੀ ਹੋ ਸਕਦਾ ਹੈ। ਆਪਣਾ ਐਡਰੈਸ, ਆਪਣੀ ਡੇਟ ਆਫ ਬਰਥ, ਕੁਆਲੀਫਿਕੇਸ਼ਨ, ਤੁਹਾਡੀ ਨੈਸ਼ਨੈਲਿਟੀ ਕੀ ਹੈ, ਇੰਡੀਅਨ ਲਿਖਣਾ ਤੁਸੀਂ ਇੱਥੇ, ਐਕਸਪੀਰੀਅੰਸ ਅਗਰ ਕੋਈ ਹੈਗਾ ਤਾਂ ਲਿਖ ਸਕਦੇ ਹੋ, ਨਹੀਂ ਤਾਂ ਠੀਕ ਹੈ, ਕੋਈ ਸਪੈਸ਼ਲ ਐਪਟੀਟਿਊਡ ਮਤਲਬ ਤੁਹਾਡੇ ਅੰਦਰ ਕੋਈ ਵੀ ਸਕਿੱਲ ਹੈ ਜਾਂ ਤੁਹਾਡੇ ਕੋਲ ਕੋਈ ਸਰਟੀਫਿਕੇਟ ਅਦਰ ਹੈਗਾ ਜਿਹੜਾ ਸਕਿੱਲਡ ਹੋਵੇ ਤਾਂ ਉਹ ਵੀ ਲਿਖ ਸਕਦੇ ਹੋ ਇੱਥੇ। ਡਾਕੂਮੈਂਟ ਜਿਹੜੇ ਜਿਹੜੇ ਅਟੈਚ ਕਰੋਗੇ ਇੱਥੇ ਤੁਸੀਂ ਲਿਖਦੇ ਹੋ ਉਹਦੀ ਲਿਸਟ ਕਿ ਇਹ ਅਟੈਚ ਕੀਤੇ ਨੇ, ਤਾਂ ਕਿ ਅਗਰ ਕੋਈ ਮਿਸ ਹੁੰਦਾ ਤਾਂ ਤੁਹਾਨੂੰ ਟੈਲੀਫੋਨ ਰਾਹੀਂ ਇਨਫੋਰਮ ਕੀਤਾ ਜਾ ਸਕੇ। ਮੋਬਾਈਲ ਨੰਬਰ, ਈਮੇਲ ਆਈਡੀ ਉਹ ਭਰਿਓ ਜਿਹੜੀ ਤੁਹਾਡੀ ਕਿਤੇ ਬੈਂਕ 'ਚ ਰਜਿਸਟਰਡ ਨਹੀਂ ਹੈ ਔਰ ਤੁਹਾਡੇ ਕੋਲ ਔਨ ਸਟੇਟ ਵਿੱਚ ਹੋਵੇ, ਠੀਕ ਹੈ। ਕੋਈ FIR, ਕੋਈ ਕ੍ਰਿਮੀਨਲ ਕੇਸ ਹੈਗਾ ਤਾਂ ਉਹ ਵੀ ਲਿਖ ਸਕਦੇ ਹੋ, ਠੀਕ ਹੈ। ਡੈਕਲਰੇਸ਼ਨ ਕਰਕੇ ਇੱਥੇ ਸਿਗਨੇਚਰ ਕਰਕੇ ਇੱਥੇ ਡੇਟ ਜਿਸ ਦਿਨ ਤੁਸੀਂ ਫੋਰਮ ਪਾ ਰਹੇ ਹੋ ਉਹ, ਅਤੇ ਇਹਨਾਂ ਦਿੱਤੇ ਗਏ ਐਡਰੈਸ ਦੇ ਉੱਪਰ ਸਾਰੇ ਡਾਕੂਮੈਂਟ ਦੀ ਇੱਕ ਕਾਪੀ ਜਿਹੜੀ ਹੈ ਉਹ ਤੁਸੀਂ ਲਗਾਉਣੀ ਹੈ, ਜੋ ਕਿ ਤੁਸੀਂ ਸੈਲਫ ਅਟੈਸਟਿਡ ਕਰੋਗੇ ਆਪਣੇ ਜੋ ਵੀ ਸਿਗਨੇਚਰ ਆ ਤੁਹਾਡੇ ਉਹ ਤੁਸੀਂ ਸਿਗਨੇਚਰ ਕਰਕੇ ਇਹਨਾਂ ਦਿੱਤੇ ਗਏ ਐਡਰੈਸ ਦੇ ਉੱਪਰ ਭੇਜਣੇ ਹੋਣਗੇ, ਠੀਕ ਹੈ ਜੀ। ਹੁਣ ਗੱਲ ਕਰਦੇ ਹਾਂ ਚ ਪੋਸਟ ਬਾਰੇ ਵਿੱਚ। ਇਸ ਦੇ ਵਿੱਚ PN ਦੀਆਂ ਪੋਸਟਾਂ ਜਿਹੜੀਆਂ ਨੇ ਉਹ ਆਊਟ ਕੀਤੀਆਂ ਗਈਆਂ ਨੇ, ਠੀਕ ਹੈ ਜੀ, ਇੰਕਲੂਡਿੰਗ ਵਾਟਰਮੈਨ, ਠੀਕ ਹੈ ਜੀ, ਆਰਡਰਲੀ, ਲਾਇਬ੍ਰੇਰੀ PN, ਐਡੀਸ਼ਨਲ PN, ਰਿਕਾਰਡ PN, ਠੀਕ ਹੈ ਜੀ, ਮਲਖਾਨਾ PN, ਮਲਖਾਨਾ ਚੌਂਕੀਦਾਰ, ਮਾਲੀ ਚੌਂਕੀਦਾਰ ਅਤੇ ਸਵੀਪਰ ਦੀਆਂ ਵੈਕੈਂਸੀਜ਼ ਨੇ, ਜਿਹੜੇ ਵਿੱਚ ਟੋਟਲ 6 ਪੋਸਟਾਂ ਆਊਟ ਹੋਈਆਂ ਨੇ, 3 ਜਨਰਲ ਦੇ ਲਈ, 2 SC MB ਸਿੱਖ ਮਜਬੀ ਸਿੱਖ ਬਾਲਮੀਕੀ ਕੈਂਡੀਡੇਟ ਲਈ, 1 SC ਮਤਲਬ ਸ਼ਡਿਊਲ ਕਾਸਟ ਕੈਂਡੀਡੇਟ ਦੇ ਲਈ ਰਿਜ਼ਰਵ ਰੱਖੀ ਗਈ ਹੈ। ਸੈਲਰੀ ਐਸ ਪਰ ਨੋਰਮ ਤੁਹਾਡੀ ਇੱਥੇ ਰਹੇਗੀ ਜੀ। 8ਵੀਂ ਪਾਸ ਮਿਨੀਮਮ ਤੁਸੀਂ ਹੋ ਤਾਂ ਤੁਸੀਂ ਇਹਦੇ ਲਈ ਅਪਲਾਈ ਜਿਹੜਾ ਉਹ ਕਰ ਸਕਦੇ ਹੋ। 18 ਤੋਂ ਲੈ ਕੇ 35 ਸਾਲ ਤੱਕ ਦੇ ਕੈਂਡੀਡੇਟ ਐਲੀਜੀਬਲ ਨੇ, ਅਤੇ ਪਲੱਸ ਰਿਜ਼ਰਵ ਕੈਟਾਗਰੀ ਵਾਲੇ ਕੈਂਡੀਡੇਟ ਨੂੰ ਐਜ਼ ਪਰ ਹਾਈ ਕੋਰਟ ਜਿਹੜੀ ਹੈ ਤੁਹਾਡੀ ਉਹ ਇਹਦਾ ਰਿਲੈਕਸੇਸ਼ਨ ਇੱਥੇ ਦਿੱਤੀ ਜਾਵੇਗੀ। ਇਹ PN ਦੀਆਂ ਪੋਸਟਾਂ ਨੇ, 5-10 ਤੱਕ ਤੁਸੀਂ ਇਹਦੇ ਲਈ ਅਪਲਾਈ ਜਿਹੜਾ ਉਹ ਕਰ ਸਕਦੇ ਹੋ, ਅਤੇ ਇਹ ਜਿਹੜਾ ਨੋਟੀਫਿਕੇਸ਼ਨ ਆਫਿਸ ਡਿਸਟ੍ਰਿਕਟ ਜੱਜ ਫਾਜ਼ਿਲਕਾ ਵੱਲੋਂ ਜਾਰੀ ਕੀਤਾ ਗਿਆ ਹੈ ਜੀ, ਇਸ ਦੇ ਵਿੱਚ ਨੋਟੀਫਿਕੇਸ਼ਨ ਨੂੰ ਪੂਰਾ ਜ਼ਰੂਰ ਪੜ੍ਹ ਲਿਓ। ਇੱਥੇ ਤੁਹਾਡੀ ਸਿਲੈਕਸ਼ਨ ਜਿਹੜੀ ਉਹ ਇੰਟਰਵਿਊ ਬੇਸਿਸ 'ਤੇ ਹੀ ਹੋਣੀ ਹੈ, ਕੋਈ ਰਿਟਨ ਟੈਸਟ ਤੁਹਾਡਾ ਜਿਹੜਾ ਇੱਥੇ ਉਹ ਨਹੀਂ ਹੋਣ ਵਾਲਾ, ਠੀਕ ਹੈ ਜੀ। ਇਸ ਦੇ ਵਿੱਚ ਸਾਰੀ ਡਿਟੇਲਸ ਇੱਥੇ ਮੈਂਸ਼ਨ ਕੀਤੀਆਂ ਹੋਈਆਂ ਨੇ, ਤੁਹਾਨੂੰ ਇੱਥੇ ਕੋਈ TA DA ਜਿਹੜਾ ਅਪੀਅਰ ਹੋਣ ਲਈ ਨਹੀਂ ਦਿੱਤਾ ਜਾਣਾ, ਅਤੇ ਤੁਹਾਡੀ ਜਿਹੜੀ ਇੱਥੇ ਇੰਟਰਵਿਊ ਹੈ ਉਹ ਜਿਨ੍ਹਾਂ ਦੇ ਨਾਮ A ਤੋਂ ਲੈ ਕੇ I ਤੱਕ ਹੈ ਉਹ 14-10 ਤੱਕ, J ਤੋਂ R ਤੱਕ 15-10 ਤੱਕ, S ਤੋਂ Z ਤੱਕ 16-10 ਤੱਕ ਜਿਹੜੀ ਹੈ ਤੁਹਾਡੀ ਇੰਟਰਵਿਊ ਹੋਵੇਗੀ, ਠੀਕ ਹੈ। ਟਾਈਮਿੰਗ ਉਹਨਾਂ ਨੇ ਮੈਂਸ਼ਨ ਕੀਤੀ ਹੈ, ਚੈੱਕ ਕਰਕੇ ਜ਼ਰੂਰ ਅਪਲਾਈ ਕਰ ਲੈਣਾ। ਇਹ ਸੀਗਾ ਅੱਜ ਦਾ ਨੋਟੀਫਿਕੇਸ਼ਨ, ਅਤੇ ਹੁਣ ਮੈਂ ਤੁਹਾਨੂੰ ਮਿਲਾਂਗਾ ਨਵੇਂ ਨੋਟੀਫਿਕੇਸ਼ਨ ਦੇ ਨਾਲ ਨਵੀਂ ਵੀਡੀਓ ਦੇ ਵਿੱਚ। ਤਦ ਤੱਕ ਦੇ ਲਈ ਧੰਨਵਾਦ ਜੀ।